ਪੰਜਾਬ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਤਾਂ ਮਾਪੇ ਜ਼ਰੂਰ ਸੁਣ ਲੈਣ ਖਬਰ, ਕਿਉਂਕਿ ਕੁਝ ਬਦਲਾਅ ਵੀ ਸਕੂਲਾਂ ਨੂੰ ਲੈ ਕੇ ਕੀਤੇ ਗਏ ਨੇ। ਬੱਚਿਆਂ ਦੀਆਂ ਛੁੱਟੀਆਂ ਗਰਮੀ ਦੀਆਂ ਖਤਮ ਹੋ ਗਈਆਂ ਨੇ, ਮਾਪਿਆਂ ਨੂੰ ਵੀ ਇੱਕ ਤਰੀਕੇ ਦੇ ਨਾਲ ਰਾਹਤ ਮਿਲੀ ਹੋਏਗੀ, ਕਿਉਂਕਿ ਕੁਝ ਮਾਪੇ ਇਹ ਕਹਿ ਰਹੇ ਸੀ ਕਿ ਬਹੁਤ ਅਸੀਂ ਪਰੇਸ਼ਾਨ ਆ, ਬੱਚੇ ਜਿਹੜੇ ਨੇ ਹੁਣ ਘਰ ਦੇ ਵਿੱਚ ਹੀ ਜਿਹੜਾ ਹੈ ਸ਼ਰਾਰਤਾਂ ਬਹੁਤ ਕਰਦੇ ਨੇ, ਤਾਂ ਜ਼ਰੂਰ ਇਹਨਾਂ ਨੂੰ ਸਕੂਲ ਦੇ ਵਿੱਚ ਬੁਲਾਓ। ਕਾਫੀ ਜਿਹੜਾ ਇਸ ਦੇ ਉੱਤੇ ਟਿੱਪਣੀਆਂ ਕੁਝ ਮਾਪਿਆਂ ਦੇ ਵੱਲੋਂ ਆਈਆਂ ਸੀ, ਤਾਂ ਹੁਣ ਜਿਹੜਾ ਰਾਹਤ ਮਿਲਣ ਵਾਲੀ ਹੈ ਮਾਪਿਆਂ ਨੂੰ ਵੀ, ਤੇ ਬੱਚੇ ਵੀ ਹੁਣ ਜਿਹੜਾ ਪੜ੍ਹਾਈ ਦੇ ਵੱਲ ਲਗਾਤਾਰ ਆਪਣਾ ਧਿਆਨ ਦੇ ਸਕਣਗੇ, ਕਿਉਂਕਿ ਛੁੱਟੀਆਂ ਖਤਮ ਹੋ ਗਈਆਂ ਨੇ, ਸਕੂਲ ਖੁੱਲਣ ਵਾਲੇ ਨੇ। ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਖੁੱਲ੍ਹਣ ਦਾ ਜਿਹੜਾ ਐਲਾਨ ਕੀਤਾ ਗਿਆ ਸੀ, ਤਾਂ ਹੁਣ ਅੱਜ ਤੋਂ ਇਹ ਸਾਰੇ ਸਕੂਲ ਖੁੱਲ੍ਹਣ ਵਾਲੇ ਨੇ। ਹਾਲਾਂਕਿ ਕੁਝ ਪ੍ਰਾਈਵੇਟ ਸਕੂਲ ਸੋਮਵਾਰ ਨੂੰ ਅਤੇ ਕੁਝ ਆਉਣ ਵਾਲੇ ਦੋ ਦੋ ਦਿਨਾਂ ਦੇ ਵਿੱਚ ਖੁੱਲ੍ਹਣਗੇ। ਰਾਜ ਦੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਏਗਾ। ਚੰਡੀਗੜ੍ਹ ਦੇ ਸਿੰਗਲ ਸ਼ਿਫਟ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਣ ਵਾਲਾ ਹੈ, ਜਦਕਿ ਡਬਲ ਸ਼ਿਫਟ ਵਾਲੇ ਸਕੂਲਾਂ ਦੇ ਵਿੱਚ ਸਵੇਰੇ 7:15 ਤੋਂ 1:45 ਵਜੇ ਤੱਕ ਅਤੇ ਦੂਜੀ ਸ਼ਿਫਟ ਦੀਆਂ ਕਲਾਸਾਂ ਦੁਪਹਿਰ 1 ਵਜੇ ਤੋਂ ਸ਼ਾਮ 5:30 ਵਜੇ ਤੱਕ ਚੱਲਣਗੇ। ਇਸ ਨਾਲ ਹੀ ਪੰਜਾਬ ਦੇ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਦਾ ਮੈਨਿਊ ਵੀ ਬਦਲ ਦਿੱਤਾ ਗਿਆ, ਤਾਂ ਇਸ ਵਾਰ ਵੱਧਦੀ ਗਰਮੀ ਦੇ ਕਾਰਨ 21 ਮਈ ਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ। ਤੇ ਹੁਣ ਕਿਹਾ ਜਾ ਰਿਹਾ ਮੈਨਿਊ ਦੇ ਅਨੁਸਾਰ ਸੋਮਵਾਰ ਨੂੰ ਦਾਲ ਸਬਜ਼ੀਆਂ ਦੇ ਨਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ ਚਾਵਲ, ਕਾਲੇ ਛੋਲੇ, ਚਨੇ ਆਲੂਆਂ ਦੇ ਨਾਲ, ਅਤੇ ਇਸ ਦੇ ਨਾਲ ਹੀ ਬੁੱਧਵਾਰ ਨੂੰ ਪੂੜੀ ਅਤੇ ਰੋਟੀ। ਵੀਰਵਾਰ ਦੀ ਗੱਲ ਕਰੀਏ ਉਦੋਂ ਉਹਨਾਂ ਨੇ ਦੱਸਿਆ ਕਿ ਕੜੀ ਚਾਵਲ ਮੈਨਿਊ ਦੇ ਵਿੱਚ ਹੋਏਗਾ। ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਹਰ ਮਹੀਨੇ ਛੋਲਿਆਂ ਦੀ ਦਾਲ ਦਿੱਤੀ ਜਾਏਗੀ। ਇਸੇ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ। ਵਿਭਾਗ ਨੇ ਸਪਸ਼ਟ ਕੀਤਾ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਏਗਾ, ਵਿਦਿਆਰਥੀਆਂ ਨੂੰ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਤਾਂ ਪੰਜਾਬ ਦੇ ਵਿੱਚ 19,000 ਤੋਂ ਵੱਧ ਸਰਕਾਰੀ ਸਕੂਲ ਨੇ ਜਿੱਥੇ 1ਲੀ ਜਮਾਤ ਤੋਂ 8ਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਸ ਪਿੱਛੇ ਬੱਚਿਆਂ ਨੂੰ ਸਕੂਲ ਦੇ ਨਾਲ ਜੋੜਨ ਦੀ ਕੋਸ਼ਿਸ਼ ਹੈ। ਤਾਂ ਮਿਡ ਡੇ ਮੀਲ ਦੇ ਲਈ ਵਿਭਾਗ ਦੇ ਵੱਲੋਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਂਦੇ ਨੇ, ਨਾਲ ਹੀ ਮਿਡ ਡੇ ਮੀਲ ਦੇ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਸਾਰੇ ਖਾਣੇ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਦੇ ਲਈ ਸਾਰੇ ਸਕੂਲਾਂ ਦੇ ਵਿੱਚ ਕੁੱਕ ਤੈਨਾਤ ਕਰ ਦਿੱਤੇ ਗਏ ਨੇ। ਪੰਜਾਬ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਤਾਂ ਮਾਪੇ ਜ਼ਰੂਰ ਸੁਣ ਲੈਣ ਖਬਰ, ਕਿਉਂਕਿ ਕੁਝ ਬਦਲਾਅ ਵੀ ਸਕੂਲਾਂ ਨੂੰ ਲੈ ਕੇ ਕੀਤੇ ਗਏ ਨੇ। ਬੱਚਿਆਂ ਦੀਆਂ ਛੁੱਟੀਆਂ ਗਰਮੀ ਦੀਆਂ ਖਤਮ ਹੋ ਗਈਆਂ ਨੇ, ਮਾਪਿਆਂ ਨੂੰ ਵੀ ਇੱਕ ਤਰੀਕੇ ਦੇ ਨਾਲ ਰਾਹਤ ਮਿਲੀ ਹੋਏਗੀ, ਕਿਉਂਕਿ ਕੁਝ ਮਾਪੇ ਇਹ ਕਹਿ ਰਹੇ ਸੀ ਕਿ ਬਹੁਤ ਅਸੀਂ ਪਰੇਸ਼ਾਨ ਆ, ਬੱਚੇ ਜਿਹੜੇ ਨੇ ਹੁਣ ਘਰ ਦੇ ਵਿੱਚ ਹੀ ਜਿਹੜਾ ਹੈ ਸ਼ਰਾਰਤਾਂ ਬਹੁਤ ਕਰਦੇ ਨੇ, ਤਾਂ ਜ਼ਰੂਰ ਇਹਨਾਂ ਨੂੰ ਸਕੂਲ ਦੇ ਵਿੱਚ ਬੁਲਾਓ। ਕਾਫੀ ਜਿਹੜਾ ਇਸ ਦੇ ਉੱਤੇ ਟਿੱਪਣੀਆਂ ਕੁਝ ਮਾਪਿਆਂ ਦੇ ਵੱਲੋਂ ਆਈਆਂ ਸੀ, ਤਾਂ ਹੁਣ ਜਿਹੜਾ ਰਾਹਤ ਮਿਲਣ ਵਾਲੀ ਹੈ ਮਾਪਿਆਂ ਨੂੰ ਵੀ, ਤੇ ਬੱਚੇ ਵੀ ਹੁਣ ਜਿਹੜਾ ਪੜ੍ਹਾਈ ਦੇ ਵੱਲ ਲਗਾਤਾਰ ਆਪਣਾ ਧਿਆਨ ਦੇ ਸਕਣਗੇ, ਕਿਉਂਕਿ ਛੁੱਟੀਆਂ ਖਤਮ ਹੋ ਗਈਆਂ ਨੇ, ਸਕੂਲ ਖੁੱਲਣ ਵਾਲੇ ਨੇ। ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਖੁੱਲ੍ਹਣ ਦਾ ਜਿਹੜਾ ਐਲਾਨ ਕੀਤਾ ਗਿਆ ਸੀ, ਤਾਂ ਹੁਣ ਅੱਜ ਤੋਂ ਇਹ ਸਾਰੇ ਸਕੂਲ ਖੁੱਲ੍ਹਣ ਵਾਲੇ ਨੇ। ਹਾਲਾਂਕਿ ਕੁਝ ਪ੍ਰਾਈਵੇਟ ਸਕੂਲ ਸੋਮਵਾਰ ਨੂੰ ਅਤੇ ਕੁਝ ਆਉਣ ਵਾਲੇ ਦੋ ਦੋ ਦਿਨਾਂ ਦੇ ਵਿੱਚ ਖੁੱਲ੍ਹਣਗੇ। ਰਾਜ ਦੇ ਸਕੂਲਾਂ ਦਾ ਸਮਾਂ
ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਏਗਾ। ਚੰਡੀਗੜ੍ਹ ਦੇ ਸਿੰਗਲ ਸ਼ਿਫਟ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਣ ਵਾਲਾ ਹੈ, ਜਦਕਿ ਡਬਲ ਸ਼ਿਫਟ ਵਾਲੇ ਸਕੂਲਾਂ ਦੇ ਵਿੱਚ ਸਵੇਰੇ 7:15 ਤੋਂ 1:45 ਵਜੇ ਤੱਕ ਅਤੇ ਦੂਜੀ ਸ਼ਿਫਟ ਦੀਆਂ ਕਲਾਸਾਂ ਦੁਪਹਿਰ 1 ਵਜੇ ਤੋਂ ਸ਼ਾਮ 5:30 ਵਜੇ ਤੱਕ ਚੱਲਣਗੇ। ਇਸ ਨਾਲ ਹੀ ਪੰਜਾਬ ਦੇ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਦਾ ਮੈਨਿਊ ਵੀ ਬਦਲ ਦਿੱਤਾ ਗਿਆ ਹੈ, ਤਾਂ ਇਸ ਵਾਰ ਵੱਧਦੀ ਗਰਮੀ ਦੇ ਕਾਰਨ 21 ਮਈ ਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ। ਤੇ ਹੁਣ ਕਿਹਾ ਜਾ ਰਿਹਾ ਮੈਨਿਊ ਦੇ ਅਨੁਸਾਰ ਸੋਮਵਾਰ ਨੂੰ ਦਾਲ ਸਬਜ਼ੀਆਂ ਦੇ ਨਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ ਚਾਵਲ, ਕਾਲੇ ਛੋਲੇ, ਚਨੇ ਆਲੂਆਂ ਦੇ ਨਾਲ, ਅਤੇ ਇਸ ਦੇ ਨਾਲ ਹੀ ਬੁੱਧਵਾਰ ਨੂੰ ਪੂੜੀ ਅਤੇ ਰੋਟੀ। ਵੀਰਵਾਰ ਦੀ ਗੱਲ ਕਰੀਏ ਉਦੋਂ ਉਹਨਾਂ ਨੇ ਦੱਸਿਆ ਕਿ ਕੜੀ ਚਾਵਲ ਮੈਨਿਊ ਦੇ ਵਿੱਚ ਹੋਏਗਾ। ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਹਰ ਮਹੀਨੇ ਛੋਲਿਆਂ ਦੀ ਦਾਲ ਦਿੱਤੀ ਜਾਏਗੀ। ਇਸੇ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ। ਵਿਭਾਗ ਨੇ ਸਪਸ਼ਟ ਕੀਤਾ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਏਗਾ, ਵਿਦਿਆਰਥੀਆਂ ਨੂੰ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਤਾਂ ਪੰਜਾਬ ਦੇ ਵਿੱਚ 19,000 ਤੋਂ ਵੱਧ ਸਰਕਾਰੀ ਸਕੂਲ ਨੇ ਜਿੱਥੇ ਪਹਿਲੀ ਜਮਾਤ ਤੋਂ 8ਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਸ ਪਿੱਛੇ ਬੱਚਿਆਂ ਨੂੰ ਸਕੂਲ ਦੇ ਨਾਲ ਜੋੜਨ ਦੀ ਕੋਸ਼ਿਸ਼ ਹੈ। ਤਾਂ ਮਿਡ ਡੇ ਮੀਲ ਦੇ ਲਈ ਵਿਭਾਗ ਦੇ ਵੱਲੋਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਂਦੇ ਨੇ, ਨਾਲ ਹੀ ਮਿਡ ਡੇ ਮੀਲ ਦੇ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਸਾਰੇ ਖਾਣੇ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਦੇ ਲਈ ਸਾਰੇ ਸਕੂਲਾਂ ਦੇ ਵਿੱਚ ਕੁੱਕ ਤੈਨਾਤ ਕਰ ਦਿੱਤੇ ਗਏ ਨੇ।